ਸਮੱਸਿਆ ਮਨੁੱਖ ਦੀ ਧਾਰਮਿਕ ਨਹੀਂ ਹੈ, ਨਹੀਂ ਤੇ ਉਸਦੇ ਤੜਪੇ ਹੋਏ ਹਿਰਦੇ ਚੋਂ ਪਹਿਲਾ ਪ੍ਰਸ਼ਨ ਹੀ ਇਹ ਨਿਕਲੇਗਾ, ਸੁਰਤ ਕਿਉਂ ਨਹੀਂ ਜੁੜਦੀ, ਉਸ ਪ੍ਰਭੂ ਦੀ ਝਲਕ ਕਿਉਂ ਨਹੀਂ ਮਿਲਦੀ, ਉਸਦਾ ਪਤਾ ਕਿਉਂ ਨਹੀਂ ਚੱਲਦਾ। ਤੂੰ ਕਲਗੀਧਰ ਪਿਤਾ ਕਹਿੰਦੇ ਨੇ ਇਹ ਉਦਾਸ ਨਹੀਂ ਹੈ, ਇਸ ਵਾਸਤੇ ਇੱਥੇ ਸੰਨਿਆਸ ਘਟਿਤ ਨਹੀਂ ਹੋਇਆ। ਜਿੱਥੇ ਸੰਨਿਆਸ ਹੈ ਉੱਥੇ ਪ੍ਰਮਾਤਮਾ ਹੈ, ਉੱਥੇ ਈਸ਼ਵਰ ਹੈ, ਉੱਥੇ ਅਕਾਲ ਪੁਰਖ ਹੈ। ਸੰਨਿਆਸੀ ਤੋਂ ਮੁਰਾਦ ਕੋਈ ਪਹਿਰਾਵਾ ਨਾ ਲੈ ਲੈਣਾ, ਕੋਈ ਲਿਬਾਸ ਨਾ ਲੈ ਲੈਣਾ। ਜੈਸੇ ਭਾਈ ਗੁਰੂ ਰਾਸ ਕਹਿੰਦੇ ਨੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਉਦਾਸ ਹੈ ਤਦੀ ਉੱਥੇ ਸੰਨਿਆਸ ਫਲਿਤ ਹੈ। ਬੈਠਾ ਸੋਨੇ ਦੇ ਸਿੰਘਾਸਣ ਤੇ ਉਦਾਸ ਹੈ, ਬੈਠਾ ਪਰਿਵਾਰ ਦੇ ਚ ਹੈ ਉਦਾਸ ਹੈ, ਜ਼ਬਾਨ ਚੋਂ ਬੋਲ ਨਿਕਲਦਾ ਹਜ਼ਾਰਾਂ ਮੰਨਣ ਨੂੰ ਤਿਆਰ ਨੇ, ਹੁਕਮ ਚੱਲਦਾ ਉਦਾਸ ਹੈ, ਧਨ ਸੰਪਦਾ ਨਾਲ ਖਜ਼ਾਨੇ ਭਰੇ ਪਏ ਨੇ ਉਦਾਸ ਹੈ। ਸਭ ਕੁਛ ਹੁੰਦਿਆਂ ਹੋਇਆਂ ਉਦਾਸ ਹੋ ਜਾਣਾ ਬੜੀ ਅਕਲਮੰਦੀ ਹੈ, ਕੁਛ ਵੀ ਨਹੀਂ ਹੈ ਉਦਾਸ ਹੋ ਗਿਆ, ਇਹ ਉਦਾਸੀ ਮਜਬੂਰੀ ਹੈ। ਖਾਣ ਨੂੰ ਰੋਟੀ ਨਹੀਂ, ਪਹਿਨਣ ਨੂੰ ਕੱਪੜਾ ਨਹੀਂ, ਖਰਚੇ ਲਈ ਧਨ ਨਹੀਂ, ਰਹਿਣ ਲਈ ਮਕਾਨ ਨਹੀਂ, ਪਰਿਵਾਰਕ ਸਮੱਸਿਆ ਹੈ, ਉਦਾਸ ਹੋ ਗਿਆ, ਸੁਭਾਵਿਕ ਹੈ, ਨਿਰਾਸ਼ ਜੋ ਹੋਇਆ ਪਿਆ, ਉਦਾਸ ਹੋ ਗਿਆ, ਕੁਛ ਵੀ ਨਹੀਂ। ਪਰ ਕਮਾਲ ਦੀ ਗੱਲ, ਸੋਨੇ ਦਾ ਸਿੰਘਾਸਣ ਹੈ, ਕੰਚਨ ਦੇ ਮਹਿਲ ਨੇ, ਭਰੇ ਪਏ ਨੇ ਖਜ਼ਾਨੇ, ਦੁਨੀਆ ਸਜਦੇ ਕਰਦੀ ਹੈ, ਨਮਸਕਾਰ ਕਰਦੀ ਹੈ, ਜਸ ਹੈ, ਲੇਕਿਨ ਉਦਾਸ ਹੈ। ਇਸ ਵਾਸਤੇ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ, ਸਾਰੇ ਭਗਤਾਂ ਦੇ ਚੋਂ ਇਹ ਵੱਡਾ ਭਗਤ ਹੈ, ਇੰਨੀ ਵੱਡੀ ਕਸੌਟੀ, ਕੁਛ ਵੀ ਨਹੀਂ ਕੋਲ, ਉਦਾਸ ਹੋ ਗਿਆ, ਲੇਕਿਨ ਸਭ ਕੁਛ ਕੋਲ ਹੈ, ਉਦਾਸ ਹੋ ਗਿਆ, ਐਸਾ ਤੇ ਕੁਛ ਵੀ ਨਹੀਂ ਜੋ ਉਸਦੇ ਕੋਲ ਨਹੀਂ ਹੈ, ਉਦਾਸ ਹੋ ਗਿਆ। ਉਦਾਸ ਹੋਣ ਲਈ ਬਹੁਤ ਵੱਡੀ ਸਿਆਣਪ ਚਾਹੀਦੀ ਹੈ। ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੁਛ ਬੋਲ ਤੁਹਾਡੇ ਸਾਹਮਣੇ ਰੱਖਾਂ। ਜਦ ਸੁਮੇਰ ਪਰਬਤ ਤੇ ਪਾਤਸ਼ਾਹ ਗਏ ਨੇ ਤੇ ਜੋਗੀਆਂ ਨੇ ਗੁਰੂ ਨਾਨਕ ਨੂੰ ਉਦਾਸੀ ਕਹਿ ਕੇ ਬੁਲਾਇਆ ਹੈ, ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ। ਇਹ ਉਦਾਸੀਆਂ ਵਾਲਾ ਬਾਣਾ, ਕਾਰੋਬਾਰ ਕਿਉਂ ਛੋੜਿਆ, ਉਦਾਸ ਕਿਉਂ ਹੋ ਗਏ, ਉਦਾਸ ਹੋ ਕੇ ਕਿਉਂ ਵਿਚਰ ਰਹੇ। ਯੋਗੀਆਂ ਦੇ ਸਾਹਮਣੇ ਗੁਰੂ ਨਾਨਕ ਉਦਾਸੀ ਹੈ, ਯੋਗੀਆਂ ਦੀ ਗੱਲ ਛੱਡੋ, ਪਾਤਸ਼ਾਹ ਆਪ ਕਹਿੰਦੇ ਨੇ। ਭਾਵੇਂ ਪੰਕਤੀ ਵੀ ਗੁਰੂ ਨਾਨਕ ਦੀ ਜੋ ਮੈਂ ਤੁਹਾਨੂੰ ਸਰਵਣ ਕਰਾਈਏ, ਸਿੱਧ ਗੋਸ਼ਟ ਰਾਮਕਲੀ ਰਾਗ ਦਾ ਇੱਕ ਦੂਸਰਾ ਸ਼ਬਦ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ,
ਸੋ ਦਰ ਕੋਈ ਆਏ ਕਹੇ, ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ ਕੋਈ ਤੇ ਦੱਸੇ, ਉਹ ਘਰ ਕਿੱਥੇ, ਉਹ ਦਰ ਕਿੱਥੇ। ਆਪਣੇ ਘਰ ਤੋਂ ਜੋ ਉਦਾਸ ਹੋਇਆ ਕੋਈ ਪਰਮਾਤਮਾ ਦਾ ਘਰ ਲੱਭੇਗਾ। ਆਪਣੇ ਦਰ ਤੋਂ ਜੋ ਉਦਾਸ ਹੋਇਆ ਉਹੀ ਪਰਮਾਤਮਾ ਦੇ ਦਰ ਦੀ ਤਲਾਸ਼ ਕਰੇਗਾ। ਸਤਿਗੁਰੂ ਦਰਅਸਲ ਇਹ ਕਹਿਣਾ ਚਾਹੁੰਦੇ ਨੇ। ਗੁਰੂ ਨਾਨਕ ਦੇ ਪਹਿਲੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਇਹ ਜਨਮ ਤੋਂ ਹੀ ਉਦਾਸ ਸਨ। ਥੋੜੀ ਜਿਹੀਆਂ ਸੁਰਤ ਸੰਭਾਲੀ, 4-5 ਵਰਿਆਂ ਦੇ ਹੋਏ, ਕਈ ਦਫਾ ਅਚਾਨਕ ਘਰੋਂ ਗਾਇਬ ਹੋ ਜਾਂਦੇ ਸਨ, ਮਾਤਾ ਜੀ ਲੱਭਦੀਆਂ ਸਨ। ਸਾਡੀ ਜਗਤ ਮਾਤਾ ਸੁਲੱਖਣੀ ਜੀ ਲੱਭਦੀ ਸੀ ਪੜੋਸੀਆਂ ਦੇ ਘਰ, ਸ਼ਾਇਦ ਇੱਧਰ ਕਿਧਰੇ ਬੱਚਿਆਂ ਨਾਲ ਹੋਵੇ, ਸ਼ਾਇਦ ਉੱਧਰ ਕਿਧਰੇ ਖੇਡਦਾ ਪਿਆ ਹੋਵੇ, ਗੱਲੀ ਗੱਲੀ ਲੱਭਦੀਆਂ ਸਨ। ਤੇ ਪਤਾ ਲੱਭਦਾ ਕਿੱਥੇ ਸੀ, ਪਿੰਡ ਤੋਂ ਬਾਹਰ ਕਿਸੇ ਰੁੱਖ ਥੱਲੇ ਬੈਠਾ ਉਦਾਸ, ਜਨਮ ਤੋਂ ਬਚਪਨ ਤੋਂ। ਡਾਂਟਦੀ ਵੀ ਸੀ ਮਾਂ, ਇਹ ਥਾਂ ਬੈਠਣ ਦੀ ਤੇਰੀ ਉਮਰ ਹੈ, ਛੋਟਾ ਜਿਹਾ ਤੂੰ ਬੱਚਾ ਹੈ ਤੇ ਕੁਛ ਵੀ ਖਤਰਾ ਹੋ ਸਕਦਾ, ਪਿੰਡ ਤੋਂ ਬਾਹਰ ਆ ਜਾਂਦਾ, ਰੁੱਖਾਂ ਥੱਲੇ ਬੈਠ ਜਾਂਦਾ। ਪਰ ਉਦਾਸ, ਉਮਰ ਦੇ ਵੱਧਦਿਆਂ ਉਦਾਸੀ ਵੱਧਦੀ ਗਈ ਵੱਧਦੀ ਗਈ। ਸੁੰਦਰ ਕੱਪੜੇ ਮਾਂ ਸਿਵਾਉਂਦੀ ਹੈ ਨਹੀਂ ਪਹਿਨਦੇ, ਸੁੰਦਰ ਭੋਜਨ ਸਵਾਦਿਸ਼ਟ ਭੋਜਨ ਮਾਤਾ ਤਿਆਰ ਕਰਦੀ ਹੈ ਨਹੀਂ ਖਾਂਦੇ। ਰਹਿਣ ਸਹਿਣ ਸਾਦਾ, ਵੱਡੇ ਹੁੰਦਿਆਂ ਤੇ ਬਿਲਕੁਲ ਰੁੱਖਾਂ ਥੱਲੇ ਜੀਵਨ ਬਤੀਤ ਕਰਨਾ ਆਰੰਭ ਕੀਤਾ। ਔਰ ਆਪ ਦੇ ਨਾਲ ਲਕਬ ਜੁੜ ਗਿਆ ਬਾਬਾ ਸ੍ਰੀ ਚੰਦ ਉਦਾਸੀ, ਬਾਬਾ ਸ੍ਰੀ ਚੰਦ ਉਦਾਸੀ। ਨਿਰਾਸ਼ ਤੇ ਉਦਾਸ ਮਨੁੱਖ ਜਿਤਨੇ ਵੀ ਸਨ ਉਹ ਬਾਬਾ ਸ੍ਰੀ ਚੰਦ ਦੇ ਆਲੇ ਦੁਆਲੇ ਇਕੱਠੇ ਹੋ ਗਏ, ਇਸ ਤਰ੍ਹਾਂ ਇੱਕ ਪੰਥ ਬਣਿਆ। ਸਿੱਖ ਧਰਮ ਦੇ, ਗੁਰੂ ਨਾਨਕ ਪੰਥ ਦੇ ਇਹ ਪਹਿਲੇ ਮਿਸ਼ਨਰੀ ਨੇ ਜਿਨ੍ਹਾਂ ਨੇ ਅਫਗਾਨਿਸਤਾਨ ਤੱਕ ਸਿੱਖੀ ਫੈਲਾਈ, ਤਿੱਬਤ ਤੱਕ ਫੈਲਾਈ। ਰਾਮੇਸ਼ਵਰਮ ਵਿੱਚ ਗੁਰਦੁਆਰਾ ਇਹਨਾਂ ਨੇ ਬਣਾਇਆ, ਜਗਨਨਾਥਪੁਰੀ ਵਿੱਚ ਗੁਰਦੁਆਰਾ ਇਹਨਾਂ ਦਾ ਹੀ ਚੱਲਦਾ, ਅੱਜ ਵੀ ਚੱਲਦਾ। 68 ਤੀਰਥਾਂ ਦੇ ਉੱਤੇ ਗੁਰੂ ਨਾਨਕ ਦੇ ਨਾਮ ਦਾ ਝੰਡਾ ਇਹਨਾਂ ਨੇ ਝੁਲਾਇਆ। ਨੇਪਾਲ ਦੇ ਵਿੱਚ ਵੀ ਡੇਰੇ ਜਿਹੜੇ ਨੇ ਉਦਾਸੀਆਂ ਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਬੈਠੇ ਨੇ ਅੱਜ ਵੀ ਨੇਪਾਲ ਦੇ ਵਿੱਚ। ਜੋ ਚੋਟੀ ਦਾ ਮੰਦਿਰ ਹੈ ਉੱਥੇ ਨੇਪਾਲ ਦੇ ਵਿੱਚ ਸਨਾਤਨ ਮਤ ਦਾ, ਯਾਤਰਾ ਲਈ ਹਿੰਦੁਸਤਾਨ ਤੋਂ ਬੜੀ ਦੁਨੀਆ ਉੱਥੇ ਜਾਂਦੀ ਹੈ। ਪਸ਼ੂਪਤੀਨਾਥ ਸ਼ਿਵਜੀ ਦਾ ਮੰਦਿਰ, ਉਹਦੇ ਕੋਲ ਹੀ ਗੁਰੂ ਨਾਨਕ ਦੇਵ ਜੀ ਦਾ ਮੱਠ ਹੈ, ਉਦਾਸੀ ਚਲਾ ਰਹੇ ਨੇ। ਇਹਨੇ ਇੱਕ ਸਿੱਧਾ ਨਿੱਕਾ ਜਿਹਾ ਉਦਾਹਰਣ ਦਿੱਤਾ, ਮਿਸ਼ਨਰੀ ਸਨ। ਔਰ ਜਿਸ ਕੌਮ ਵਿੱਚ ਮਿਸ਼ਨਰੀ ਨਾ ਹੋਣ ਕੌਮ ਦਾ ਵਿਕਾਸ ਰੁਕ ਜਾਂਦਾ ਹੈ। ਇਹਨਾਂ 40 ਸਾਲਾਂ ਵਿੱਚ ਈਸਾਈ ਮਿਸ਼ਨਰੀਜ਼ ਜਿਹੜੇ ਨੇ ਇਹਨਾਂ ਨੇ ਹਿੰਦੁਸਤਾਨ ਵਿੱਚ 1 ਕਰੋੜ ਨਵੇਂ ਈਸਾਈ ਸਜਾਏ ਨੇ। ਆਸਾਮ, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਮਣੀਪੁਰ, ਕੇਰਲਾ, ਕਰਨਾਟਕਾ, ਇਹਨਾਂ ਸੂਬਿਆਂ ਚ
ਇੱਕ ਕਰੋੜ ਨਵੇਂ ਸਜਾਏ। ਕੁਛ ਸੂਬੇ ਤੇ ਪੂਰੇ ਦੇ ਪੂਰੇ ਇਹਨਾਂ ਨੇ ਕ੍ਰਿਸਚਨ ਬਣਾ ਦਿੱਤੇ ਨੇ, ਜੈਸੇ ਨਾਗਾਲੈਂਡ ਤ੍ਰਿਪੁਰਾ ਸਾਰੇ ਕ੍ਰਿਸਚਨ ਹੋ ਗਏ ਨੇ। ਇਹ ਭੁੱਖੇ ਕੋਲ ਅੰਨ ਲੈ ਕੇ ਚਲੇ ਗਏ, ਨੰਗੇ ਕੋਲ ਕੱਪੜੇ ਲੈ ਕੇ ਚਲੇ ਗਏ, ਬਿਮਾਰ ਕੋਲ ਦਵਾਈ ਲੈ ਕੇ ਚਲੇ ਗਏ, ਅਨਪੜ੍ਹ ਦੇ ਕੋਲ ਸਕੂਲ ਲੈ ਕੇ ਚਲੇ ਗਏ, ਯਤੀਮ ਦੇ ਹੰਝੂ ਪੂੰਜਣ ਲੱਗ ਪਏ, ਬੇਵਾ ਦਾ ਸਹਾਰਾ ਬਣ ਗਏ, ਲੋਕੀ ਕ੍ਰਿਸਚਨ ਬਣਦੇ ਗਏ। ਜਿਸ ਦੇ ਕੋਲ ਕੋਈ ਬੈਠ ਕੇ ਰਾਜ਼ੀ ਨਹੀਂ ਬਿਮਾਰ ਦੇ, ਉਹਦੀ ਸੇਵਾ ਕਰਨ ਲੱਗ ਪਏ, ਉਹਦੇ ਮੂੰਹ ਚ ਆਪ ਬੁਰਕੀਆਂ ਦੇ ਕੇ, ਉਹਨੂੰ ਪਾਣੀ ਪਿਲਾ ਕੇ, ਉਹਨੂੰ ਦਵਾਈ ਖਿਲਾ ਕੇ ਸੁਰਜੀਤ ਕੀਤਾ। ਇਹਨਾਂ ਸੱਤ ਸਟੇਟਾਂ ਤੇ ਫਿਰ ਕੇਰਲਾ, ਕਰਨਾਟਕਾ ਤੇ ਥੋੜਾ ਜਿਹਾ ਤਮਿਲ ਦੇਸ਼। ਤੇ ਪਿਛਲੇ ਦਿਨ ਦੇ ਆਂਕੜੇ ਨੇ ਕਿ 1 ਕਰੋੜ ਈਸਾਈ ਇਹਨਾਂ ਨੇ ਇਹਨਾਂ 40-45 ਸਾਲਾਂ ਦੇ ਵਿੱਚ ਸਜਾਏ। 500 ਸਾਲ ਦਾ ਸਾਡਾ ਇਤਿਹਾਸ ਹੈ, ਜਿਤਨਾ ਗਿਆਨ ਸਾਡੇ ਕੋਲ ਹੈ ਕਿਸੇ ਕੋਲ ਵੀ ਨਹੀਂ, ਜਿਤਨੀ ਗੁਰੂਆਂ ਦੀ ਤੇ ਗੁਰੂ ਦੇ ਸਿੱਖਾਂ ਦੀ ਜਿਤਨੀ ਸੇਵਾ ਹੈ ਅੱਜ ਤੱਕ ਕਿਸੇ ਨੇ ਵੀ ਇਤਨੀ ਨਹੀਂ ਕੀਤੀ, ਜਿਤਨੇ ਸ਼ਹੀਦ ਸਾਡੇ ਕੋਲ ਨੇ ਕਿਧਰੇ ਵੀ ਨਹੀਂ, ਜਿਤਨਾ ਈਸ਼ਵਰੀ ਪ੍ਰਬਲ ਸਿਧਾਂਤ ਸਾਡੇ ਕੋਲ ਹੈ ਕਿਸੇ ਕੋਲ ਵੀ ਨਹੀਂ। ਪਰ ਆਖਿਆ ਜਾਂਦਾ ਤੇ ਕੁੱਲ ਟੋਟਲ 1.5 ਕਰੋੜ ਨੇ, ਕੁਛ ਵੀ ਨਹੀਂ ਨੇ ਹਿੰਦੁਸਤਾਨ ਦੇ ਵਿੱਚ, ਇੰਝ ਕਹਿੰਦੇ ਨੇ। ਇੱਕ ਗੱਲ ਤੇ ਸਪਸ਼ਟ ਹੋ ਗਈ ਕਿ ਮਿਸ਼ਨਰੀਜ਼ ਨਹੀਂ ਨੇ, ਮਿਸ਼ਨਰੀ ਸਪਿਰਿਟ ਖਤਮ ਹੋ ਗਈ ਬਾਬਾ ਸ੍ਰੀ ਚੰਦ ਦੇ ਨਾਲ। ਉਹਨਾਂ ਮਿਸ਼ਨਰੀਆਂ ਨੂੰ ਕਾਰ ਭੇਟ ਗੁਰਦੁਆਰੇ ਤੋਂ, ਗੁਰੂ ਘਰ ਤੋਂ ਮਿਲਦੀ ਸੀ। ਗੁਰੂ ਅੰਗਦ ਦੇਵ ਜੀ ਦਿੰਦੇ ਰਹੇ, ਗੁਰੂ ਅਮਰਦਾਸ ਜੀ ਦਿੰਦੇ ਰਹੇ, ਗੁਰੂ ਰਾਮਦਾਸ ਜੀ ਦਿੰਦੇ ਰਹੇ, ਗੁਰੂ ਅਰਜਨ ਦੇਵ ਜੀ ਦਿੰਦੇ ਰਹੇ, ਸਾਰੇ ਮਠਾਂ ਦਾ ਖਰਚਾ ਗੁਰੂ ਘਰ ਤੋਂ ਚੱਲਦਾ ਸੀ। ਇਸ ਤਰ੍ਹਾਂ ਸਿੱਖੀ ਸਾਰੀ ਦੁਨੀਆਂ ਚ ਫੈਲ ਰਹੀ ਸੀ। ਕਾਰ ਭੇਟ ਕਦੀ ਕਦੀ ਬਾਬਾ ਸ੍ਰੀ ਚੰਦ ਆਪ ਵੀ ਲੈਣ ਵਾਸਤੇ ਆਉਂਦੇ ਸਨ, ਘੋੜੇ ਤੇ ਅਸਵਾਰ ਹੋ ਕੇ। ਜਿਨ੍ਹਾਂ ਨੇ ਕਦੀ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੋਵੇਗਾ, ਗੁਰੂ ਰਾਮਦਾਸ ਜੀ ਪਾਸ ਕਾਰ ਭੇਟ ਲੈਣ ਵਾਸਤੇ ਆਏ, ਡੇਰਿਆਂ ਦਾ ਖਰਚਾ, ਮਿਸ਼ਨਰੀਆਂ ਦਾ ਖਰਚਾ, 4 ਥੈਲੀਆਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਦਮਾਂ ਤੇ ਰੱਖੀਆਂ ਨੇ। ਦਾੜਾ ਬੜਾ ਲੰਬਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਦਾ, ਉਹ ਖੜੇ ਵੀ ਆਉਣ ਤੇ ਦਾੜਾ ਜ਼ਮੀਨ ਨੂੰ ਛੂੰਦਾ ਸੀ। ਕਈ ਦਫਾ ਬੈਠਣ ਲੱਗਿਆਂ ਦਾੜੇ ਨੂੰ ਮੋਢੇ ਤੇ ਰੱਖਣਾ ਪੈਂਦਾ ਸੀ, ਕਿਧਰੇ ਪੈਰਾਂ ਦੇ ਚ ਨਾ ਆਵੇ, ਬੜਾ ਲੰਬਾ ਦਾੜਾ ਸੀ। ਸਿਰ ਦੇ ਕੇਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹੁਤ ਲੰਬੇ ਸਨ, ਆਪ ਜਿਸ ਦਿਨ ਕੇਸੀ ਇਸ਼ਨਾਨ ਕਰਦੇ ਸਨ ਤੇ ਖੜੇ ਵੀ ਹੋਣ ਕੇਸ ਜ਼ਮੀਨ ਨੂੰ ਛੂੰਦੇ ਸਨ। ਔਰ ਇਸ ਦੇ ਹਵਾਲੇ ਨੰਦ ਲਾਲ ਨੇ ਦਿੱਤੇ ਨੇ, ਇਸ ਵਕਤ ਉਸ ਨੂੰ ਮੈਂ ਨਾ ਛੇੜਾਂ। ਲੰਬਾ ਦਾੜਾ ਬਾਬਾ ਸ੍ਰੀ ਚੰਦ ਨੇ ਦੇਖਿਆ, ਬਾਬਾ ਸ੍ਰੀ ਚੰਦ ਦਾ ਦਾੜਾ ਅਜੇ ਨਹੀਂ ਆਇਆ ਸੀ। ਸਿਰ ਦੀਆਂ ਜਟਾਵਾਂ ਬਹੁਤ ਲੰਬੀਆਂ, ਬਹੁਤ ਲੰਬੀਆਂ, ਦਾੜੇ ਦੇ ਕੇਸ ਮਾਸੀ ਫੁੱਟੀ ਸੀ, ਪਰ ਸੀਸ ਦੀਆਂ ਜਟਾਵਾਂ ਜਟਾਵਾਂ ਸਨ, ਕੇਸ ਨਹੀਂ ਸਨ। ਬਾਬਾ ਸ੍ਰੀ ਚੰਦ ਜਟਾਵਾਂ ਕੇਸ ਜੋ ਗੁੰਦ ਕੇ ਇੱਕ ਤਰੀਕੇ ਦੇ ਨਾਲ ਬੋਰਡ ਦੇ ਦੁੱਧ ਨਾਲ ਬਣਾਈਆਂ ਜਾਂਦੀਆਂ ਜਟਾਵਾਂ ਸਨ, ਔਰ ਕਵੀ ਸੰਤੋਖ ਸਿੰਘ ਤੇ ਕਹਿੰਦੇ ਜਨਮ ਤੋਂ ਹੀ ਜਟਾਵਾਂ ਸਨ, ਜਦ ਜਨਮ ਹੋਇਆ ਤਾਂ ਸੀਸ ਤੇ ਜਟਾਵਾਂ ਸਨ।
ਖੈਰ ਮੁਕਤਸਰ ਕਰੀਏ, ਸੁਭਾਵਕ ਉਹਨਾਂ ਦੀ ਰਸਨਾ ਤੋਂ ਨਿਕਲਿਆ, ਕਦੀ ਕਦੀ ਮਹਾਂਪੁਰਸ਼ ਮਜ਼ਾਕ ਵੀ ਕਰ ਲੈਂਦੇ ਨੇ। ਹਾਸਾ ਹੈ ਗੁਰੂ ਰਾਮਦਾਸ, ਇੰਨਾ ਲੰਬਾ ਦਾੜਾ, ਜਿੱਥੇ ਤੱਕ ਮੇਰਾ ਅੰਦਾਜ਼ਾ, ਇਸ ਤਰ੍ਹਾਂ ਨਹੀਂ ਆਖਿਆ ਕਿਉਂ ਇੰਨੀ ਦਾੜੀ ਕਿਉਂ ਵਧਾਈ ਹੈ, ਇੰਜ ਨਹੀਂ ਆਖਿਆ, ਇੰਜ ਆਖਿਆ ਇੰਨਾ ਲੰਬਾ ਦਾੜਾ। ਧੰਨ ਗੁਰੂ ਰਾਮਦਾਸ ਜੀ ਉਸ ਦਾੜੇ ਨਾਲ ਬਾਬਾ ਸ੍ਰੀ ਚੰਦ ਦੇ ਚਰਨ ਝਾੜਨ ਲੱਗ ਪਏ, ਆਖਣ ਲੱਗੇ ਮਹਾਂਪੁਰਸ਼ੋ ਤੁਹਾਡੇ ਚਰਨ ਝਾੜਨ ਲਈ, ਹੱਥ ਜੋੜ ਕੇ। ਬਾਬਾ ਸ੍ਰੀ ਚੰਦ ਪਾਣੀ ਪਾਣੀ ਹੋ ਗਏ, ਕਹਿਣ ਲੱਗੇ ਇਹੀ ਨਿਰਮਾਣਤਾ ਗੁਰੂ ਨਾਨਕ ਦੀ ਗੱਦੀ ਲੈ ਗਈ ਹੈ, ਤੁਸੀਂ ਲੈ ਗਏ, ਇਹੀ ਵਿਨਿਮਰਤਾ, ਇਹੀ ਸਹਿਣ ਸ਼ਕਤੀ। ਉਬਲਿਆ ਹੋਇਆ ਮਨੁੱਖ ਹੋਰ ਕੁਛ ਹੋਵੇ ਤੇ ਹੋਵੇ, ਕਮ ਸੇ ਕਮ ਸਿੱਖ ਤੇ ਨਹੀਂ ਹੈ। ਕ੍ਰੋਧ ਨਾਲ ਉਬਲੇ ਹੋਇਆ ਉਹਨੂੰ ਸਿੱਖ ਨਹੀਂ ਕਹਿ ਸਕਦੇ, ਕ੍ਰੋਧ ਨੂੰ ਤੇ ਚੰਡਾਲ ਆਖਿਆ ਗਿਆ, ਅਗਨ ਕ੍ਰੋਧ ਚੰਡਾਲ, ਤੇ ਚੰਡਾਲ ਨੂੰ ਜਿਸਨੇ ਹਿਰਦੇ ਚ ਰੱਖਿਆ ਕਿਸ ਤਰ੍ਹਾਂ ਸਿੱਖ ਕਹਿ ਸਕਦੇ ਹਾਂ ਉਸਨੂੰ। ਵਿਨਿਮਰਤਾ ਦੀ ਮੂਰਤੀ ਤੋਂ ਮੈਂ ਅਰਜ਼ ਕਰਾਂ, ਪੁਰਾਣੇ ਜ਼ਮਾਨੇ ਚ ਇਹ ਸਾਰਾ ਗੁਰੂ ਨਾਨਕ ਪੰਥ ਦਾ ਪ੍ਰਚਾਰ ਇਹਨਾਂ ਉਦਾਸੀਆਂ ਨੇ ਕੀਤਾ, ਬਾਅਦ ਵਿਚ ਨਿਰਮਲਿਆਂ ਨੇ, ਤੇ ਨਿਰਮਲੇ ਬਣਾਏ ਗੁਰੂ ਗੋਬਿੰਦ ਸਿੰਘ ਜੀ ਨੇ, ਉਦਾਸੀ ਚਲੇ ਬਾਬਾ ਸ੍ਰੀ ਚੰਦ ਤੋਂ। ਜਿਸ ਦੇ ਘਰ ਲੰਗਰ ਵੀ ਛਕਦੇ ਸਨ, ਇਹਨਾਂ ਕਹਿੰਦੇ ਸਨ